ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛਿਆ ਗੁਫਤਮ ਕੇ ਅਜ ਰੋਸ਼ਨ ਅਮਰ ਫਾਰਸੀ ਹੈ, ਅਰਥ ਹੋਊਗਾ ਕਿ ਚੰਨ ਨਾਲੋਂ ਸੋਨਾ ਕੀ ਹੈ। ਸੱਚੇ ਪਾਤਸ਼ਾਹ ਨੇ ਜਵਾਬ ਦਿਆ, ਗੁਫਤਾ ਕੇ ਰੁਖ ਸਾਰੇ ਮਨਸ, ਫਰਮਾਇਆ ਕਿ ਮੇਰਾ ਜਿਹੜਾ ਮੁਖੜਾ ਹੈ, ਮੇਰਾ ਜਿਹੜਾ ਚਿਹਰਾ ਹੈ, ਇਹ ਚੰਨ ਨਾਲੋਂ ਸੋਨਾ ਹੈ। ਗੁਫਤਮ ਕਿਆ ਦਸ਼ੀਰੀ, ਗੁਫਤਮ ਕਿਆ ਸ਼ੀਰੀ ਸ਼ਕਰ, ਮਿੱਠੇ ਨਾਲੋਂ ਮਿੱਠਾ ਕੀ ਹੈ। ਗੁਫਤਾ ਕੇ ਗੁਫਤਾਰੇ ਮਨਸ, ਮਿੱਠੇ ਨਾਲੋਂ ਮਿੱਠੀ ਹੈ ਮੇਰੀ ਬਾਣੀ। ਹੁਣ ਆਖਰੀ ਜਿਹੜਾ ਤੁਹਾਡਾ ਸਵਾਲ ਹੈ ਉਹਦਾ ਜਵਾਬ ਹੈ, ਮੁਫਤਮ ਇਲਾਜੇ ਜ਼ਿੰਦਗੀ। ਪੁੱਛਿਆ ਕਿ ਜ਼ਿੰਦਗੀ ਦੇ ਦੁੱਖਾਂ ਦਾ ਦਰਦਾਂ ਦਾ ਇਲਾਜ ਕੀ ਹੈ। ਮੁਫਤਾ ਕੇ ਦੀਦਾਰੇ ਮਨਸਤ, ਜਿਹਨਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦੀਦ ਕਰ ਲਈ, ਉਹਨੂੰ ਨਾ ਕੋਈ ਡਰਾ ਸਕਦਾ, ਨਾ ਕੋਈ ਭੈ ਹੈ, ਨਾ ਕੋਈ ਬਿਮਾਰੀ ਹੈ। ਕਿਉਂਕਿ ਜਿਹੜੀ ਸਾਰੀ ਬਿਮਾਰੀ ਹੈ ਉਹ ਆਏ ਸੀ ਮੀਡੀਆ ਦੇ ਚੰਡੀਗੜ੍ਹੋਂ, ਉਹ ਕਰਦੇ ਰਹੇ ਮੀਡੀਆ ਤੋਂ ਬਣਾਉਂਦੇ ਰਹੇ। ਕਹਿੰਦਾ ਬਾਬਾ ਜੀ ਤੁਸੀਂ ਹਰ ਸਵਾਲ ਦਾ ਜਵਾਬ, ਮੈਂ ਕਿਹਾ ਜਵਾਬ ਦੇਣ ਵਾਲਾ ਕੋਈ ਹੋ ਰਿਹਾ ਯਾਰ, ਕਿਰਪਾ ਬਸ ਠੀਕ ਹੈ। ਜੇ ਮੇਰਾ ਸ਼ਗਿਰਦ ਸੀ ਉਹ ਚਲਾ ਗਿਆ ਆਸਟ੍ਰੇਲੀਆ, ਮੈਂ ਕਿਹਾ ਬਾਬੂ ਜੀ, ਮੈਂ ਕਿਹਾ ਜੀ, ਕਹਿੰਦਾ ਤੁਸੀਂ ਆਸਟ੍ਰੇਲੀਆ ਆ ਜਾਓ। ਮੈਂ ਉਹਨੂੰ ਕਿਹਾ ਬਾਈ ਜਹਾਂ ਦਾਨੇ ਤਹਾਂ ਖਾਨੇ, ਨਾਮ ਕਾ ਸੱਚਾ। ਜਿਸ ਵੇਲੇ ਮੈਂ ਜੇਲ੍ਹ ਗਿਆ ਉਸ ਵੇਲੇ ਜੇਲ੍ਹ ਚ ਲਿਖੀ ਹੋਈ ਸੀ, ਤੇ ਲੋਕੀ ਕਹਿੰਦੇ ਕਿ ਵੀ ਜੇਲ੍ਹ ਜਾ ਕੇ ਸਾਨੂੰ ਦੁੱਖ ਹੋਇਆ, ਜੇਲ੍ਹ ਜਾ ਕੇ ਮੈਨੂੰ ਸੁੱਖ ਹੋਇਆ, ਭਾਈ ਸਾਹਿਬ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਦੇ ਦਰਸ਼ਨ ਹੋਏ। ਬਿਲਕੁਲ ਜੀ, ਤੇ 10 ਦਿਨ 2 ਟਾਈਮ ਕਥਾ ਦੀ ਹਾਜ਼ਰੀ ਪੜਦਾ। ਬਿਲਕੁਲ ਜੀ, ਤੇ ਬਹੁਤ ਆਨੰਦ ਆਇਆ। ਜਿੰਨੇ ਵੀ ਇਸ ਜਿਹਨਾਂ ਨੂੰ ਆਪਾਂ ਕਹਿੰਦੇ ਵਾਹ ਬਈ ਚੜ੍ਹਦੀ ਕਲਾ ਵਾਲੇ, ਬਿਲਕੁਲ ਬੱਤੀ ਸਾਲ ਹੋ ਗਏ ਜਿਹਨਾਂ ਨੂੰ ਤੜਕੇ ਜਦੋਂ ਆਉਂਦੇ, ਸੰਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕਿਹਾ ਕੀ ਹਾਲ ਜੀ, ਚੜ੍ਹਦੀ ਕਲਾ ਇਹਨੂੰ ਕਹਿੰਦੇ ਆ। ਤੇ ਹੁਣ ਟਾਈਮ ਆ ਗਿਆ,